ਸਵਾਗਤ ਹੈ ਤੁਹਾਡਾ ਸਾਡੇ ਕਾਰਜਕ੍ਰਮ ਵਿੱਚ ਜਿਸਦਾ ਨਾਮ ਹੈ ਜੀ ਸ਼ਟ ਅਪ ਸਾਡੇ ਕਾਰਜਕ੍ਰਮ ਦਾ ਨਾਮ ਹੈ ਜੀ ਸ਼ਟ ਅਪ ਵੀ ਜੀ ਤੁਸੀਂ ਸ਼ੋਟਿੰਗ ਕਰ ਰਹੇ ਹੋ ਨਹੀਂ 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 ਤੁਹਾਨੂੰ ਉੱਥੇ ਖਾਣਾ ਹੈ ਤੇ ਸਾਡੇ ਸ਼ੋਅ ਦਾ ਨਾਮ ਹੈ ਜੀ ਸ਼ਟ ਅਪ ਤੇ ਅੱਜ ਸਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ ਸਾਡੇ ਬਹੁਤ ਹੀ ਮਸ਼ਹੂਰ ਗਾਇਕ ਜਿਨ੍ਹਾਂ ਨੇ ਮਸਾਂ ਗੈਨੀ ਅਵਾਰਡ ਦਿੱਤੀ ਹੈ ਉਹਨਾਂ ਦਾ ਨਾਮ ਹੈ ਜੀ ਪ੍ਰਿਚ ਹਾਂਜੀ ਜੀ ਮਿਸਟਰ ਪ੍ਰਿਚ ਤੇ ਤੁਹਾਡਾ ਕੀ ਹਾਲ ਨਿਆਂ ਤੇ ਤੁਸੀਂ ਦੱਸੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਹਾਂਜੀ ਮੈਂ ਗਾਇਕਾਰਾਂ ਦੇ ਪਿੰਡ ਤੋਂ ਬਿਲੋਂਗ ਕਰਦਾ ਜਿੱਥੇ ਆਸ਼ਿਕ ਮਸ਼ਹੂਕ ਰਹਿੰਦੇ ਨੇ ਜਿੱਥੇ ਕਾਵਾਂ ਰਹਿੰਦੀਆਂ ਨੇ ਤੇ ਜਿੱਥੇ ਹਵਾ ਖੁਸ਼ਬੂ ਵੀ ਖੁਸ਼ਬੂ ਇਸ ਮੇਰੇ ਪਿੰਡ ਦਰਸ਼ਕ ਤੇ ਸਾਡੇ ਦਰਸ਼ਕ ਨੂੰ ਥੋੜ੍ਹੀ ਆਪਣੀ ਕੈਸੇਟ ਬਾਰੇ ਦੱਸੋ ਜਿਹਦੇ ਕਾਰਨ ਤੁਸੀਂ ਗ੍ਰੈਮੀ ਜਿੱਤੇ ਹਨ ਹਾਂਜੀ ਮੇਰੀ ਕੈਸੇਟ ਵਿੱਚ ਚੌਂਕੀ ਨੇ ਪਹਿਲੇ ਗਾਣਾ ਨਾਮ ਹੈ ਪਿੰਕੀ ਉਭਰਾ ਸਰ ਪਿੰਕੀ ਪੂਰਨਾ ਸਰ ਦੂਜੇ ਗਾਣੇ ਦਾ ਨਾਮ ਹੈ ਛਿੱਤਰ ਮਾਰੋ ਨਿਆਣਿਆਂ ਤੇ ਛਿੱਤਰ ਮਾਰੋ ਨਿਆਣਿਆਂ ਤੇ ਤੀਜਾ ਗਾਣਾ ਮੇਰਾ ਵੀ ਮੈਨੂੰ ਟੱਟੀ ਆਉਂਦੀ ਬਿਲਕੁਲ ਇਹ ਮੈਨੂੰ ਇੰਸਪੀਰੇਸ਼ਨ ਲੱਭੀ ਆਪਣੇ ਤੋਂ ਜਦੋਂ ਮੈਂ ਸਵੇਰੇ ਬਿਲਕੁਲ ਬਹੁਤ ਟਾਈਮ ਦਾ ਘਾਟਾ ਲੱਗਦੀ ਹੈ ਓਕੇ ਮੇਰਾ ਜਿਹੜਾ ਚੌਥਾ ਗਾਣਾ ਜਿਹਦੀ ਵਜ੍ਹਾ ਨਾਲ ਮੈਨੂੰ ਇੱਕ ਗ੍ਰੈਮੀ ਲੱਗਿਆ ਉਹ ਗਾਣਾ ਹੈ ਬੋਤਲ ਸ਼ਰਾਬ ਪੀਏ ਖਾਲੀ ਨਹੀਂ ਉਹ ਰਹਿੰਦੀ ਹੈ ਵਾਹ ਜੀ ਵਾਹ ਧੰਨਵਾਦ ਜੀ ਤੁਹਾਡਾ ਤੁਸੀਂ ਮੇਰੇ ਗਾਣੇ ਨਾਲ ਪਿਆਰ ਕੀਤਾ ਬਹੁਤ ਵਧੀਆ ਵਧੀਆ ਤੁਸੀਂ ਗੀਤ ਰੱਖੇ ਨੇ ਆਪਣੇ ਕੈਸੇਟ ਵਿੱਚ ਤੁਹਾਡੇ ਜੀ ਉੱਚ ਵਿਚਾਰ ਵਾਲੇ ਸਿੰਗਰ ਬੜੇ ਘੱਟ ਪਾਏ ਜਾਂਦੇ ਨੇ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਅਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਛ ਆਪਣੀ ਕੋਈ ਲਾਈਨ ਦਾ ਬਹੁਤ ਮਜ਼ਾ ਆਇਆ ਥੋੜ੍ਹਾ ਫੋਟੋ ਆ ਜਾਏ ਧੰਨਵਾਦ ਜੀ ਤੁਹਾਡਾ ਤੁਸੀਂ ਮੈਨੂੰ ਇੱਧਰ ਬੁਲਾਇਆ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਤੁਸੀਂ ਮੇਰੇ ਚੌਥੇ ਗਾਣੇ ਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਮੇਰੇ ਪੈਰ ਵੀ ਹੱਥ ਲਾਓ ਮਸਾ ਮਸਾ ਨਵੇਂ ਬੂਟ ਪਾਏ ਹੋਏ ਨੇ ਗੰਦੇ ਹੋ ਜਾਣਗੇ ਅਤੇ ਇਹ ਸੀ ਸਾਡੇ ਮਸ਼ਹੂਰ ਗਾਇਕ ਜਿਨ੍ਹਾਂ ਨੇ ਹਾਲ ਹੀ ਵਿੱਚ ਗ੍ਰੈਮੀ ਜਿੱਤ ਕੇ ਦਿੱਤਾ ਸਰ ਇਸੇ ਦੇ ਨਾਲ ਅੱਜ ਦਾ ਕਾਰਜਕ੍ਰਮ ਉਹਨਾਂ ਨੇ ਖਤਮ ਅਤੇ ਜਾਣ ਤੋਂ ਪਹਿਲੇ ਪਿਆਰ ਇਸ਼ਕ ਮੁਹੱਬਤਾਂ ਦੀਆਂ ਕੁਛ ਲਾਈਨਾਂ ਜਿੱਥੇ ਜਾਂਦੀ ਹੈ ਫੁਲਕਾਰੀ ਉੱਥੇ ਘਾਹ ਤੇ ਬਸਦੀ ਹੈ ਯਾਰੀ ਯਾਰੀ ਯਾਰ ਦੀ ਤੇ ਯਾਰ ਹੁੰਦਾ ਹੈ ਨਹੀਂ ਚੱਲਦਾ ਪਈ ਤੁਸੀਂ ਹੁੱਡ ਬਾਦ ਸ਼ੋਅ ਨੂੰ ਕੀ ਝੂਠਾ ਗ੍ਰਾਮੀ ਹੈ ਝੂਠਾ ਗ੍ਰਾਮੀ ਉਹ ਸੋਡੀ ਡੈਡ ਕੋ ਸੋਡੀ ਉਹ ਮਾਇ ਸੈਲਫੀ ਦੇ ਦਾ ਦੱਸਦਾ ਮੈਨੂੰ ਉਹ ਕਿਹੋ ਜਿਹਾ ਸ਼ੋਅ ਜ ਬੁਲਾਇਆ ਮੈਨੂੰ ਕੱਲ ਨੂੰ ਮੇਰਾ ਕੋਈ ਫੋਨ ਹੋਵੇ ਕੱਟ ਸ਼ੋਅ ਗਈ ਸੀ ਕੱਲ ਨੂੰ ਮੈਨੂੰ ਕੁਝ ਹੋ ਗਿਆ ਕੱਲ ਨੂੰ ਮੈਨੂੰ ਕੁਝ ਹੋ ਗਿਆ ਮੈਂ ਕੱਲ ਨੂੰ ਮੈਨੂੰ ਕੁਝ ਹੋ ਗਿਆ ਮੈਂ ਅਰੇ ਸ਼ੋਅ ਦਾ ਸਵਾਲ ਹੈ ਜੀ ਕੀ ਕਰੂਗੀ ਤੁਸੀਂ ਤੇ ਜੇ ਮੇਰੇ ਕੱਲ ਨੂੰ ਗ੍ਰੈਮੀ ਨੂੰ ਕੁਝ ਹੋ ਜਾਂਦਾ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਜੀ ਮਾਰ ਮਾਰ ਜਾਂਦਾ ਮੈਂ ਜੀ ਕੁਝ ਨਹੀਂ ਹੁੰਦਾ ਤੇ ਮੰਨਿਆ ਕਰ ਤੁਹਾਨੂੰ ਕੁਝ ਨਹੀਂ ਆਏਗਾ ਹਾਲੇ ਵੀ ਗ੍ਰੈਮੀ ਨੂੰ ਕੁਝ ਹੋ ਜਾਂਦਾ ਕੁਝ
की ताजा खबर, ब्रेकिंग न्यूज आ रही है एक बहुत ही मशहूर टॉक शो शट अप से, जहां पर डोमेस्टिक बैंस ने अपने एक फैन के साथ की बदतमीजी। जी हां, डोमी सिंह बैंस ने की है बदतमीजी। आइए चलते अपने संवाददाता वोल्टेज सिंह के पास, जानते हैं वहां का पूरा सिनेरियो। हाँ जी, मुझे आपकी आवाज आ रही है। आप यहाँ देख सकते हैं यहाँ स्टूडेंट की हालत, उन्होंने क्या हंगामा किया हुआ है, इससे तोड़फोड़ कर दी हुई है, यहाँ सब तहस नहस हो चुका है। यह बताया गया कि एक फैन आया था जो क्रिच साहब का वो था, फैन था, और क्या ग्रैमी अवार्ड जीतने के बाद उन्होंने उनसे सेल्फी लेने की फरमाइश की, लेकिन उन्होंने धक्के मार के उसे बाहर निकाल दिया और यहाँ उन्हीं के फैन ने तोड़फोड़ ही सब कुछ कर दिया। हम फुटेज दिखाना चाहेंगे, आइए देखिए। हाँ जी, आपने बिल्कुल सही सुना है, मिस्टर क्रिच पे एक फैन ने मेंटल एंड फिजिकल हरासमेंट का केस लगाया है। आजकल मिस्टर क्रिच बहुत ही गुस्से में दिखते थे और मीडिया के साथ बदसलूकी के कई मामले भी सामने आए हैं। उनका कमेंट तब टूटा जब ऑडियंस में से एक मेंबर ने उनके सीधा नाक पे चप्पल मारी और उनको खूना खून कर दिया। और जहाँ तक पप्पू सिंह की बात है, उनको इसकी टेंशन पड़ी है कि उनका शो चलेगा या बंद हो जाएगा, जबकि इस फैन को कोई पूछता नहीं, इसके दुख और दर्द को कोई नहीं समझता। जैसा कि अब आपने देखा है वोल्टेज को और फुटेज सिंह की न्यूज को, रिपोर्ट को, तो अब दर्शकों के सामने, आपके सामने पूरा एक सिनेरियो क्लियर हो चुका होगा। और एक न्यूज आ रही है कि मशहूर टॉक शो शट अप के ऑर्गेनाइजर होस्ट पप्पू सिंह ने एक और नया शो ऑर्गेनाइज किया है। आइए चलिए कुछ नजर उस पर भी डालते हैं। ਸਾਡੇ ਪਿਛਲੇ ਸ਼ੋਅ 'ਤੇ ਦੇਖਿਆ ਸੀ ਜੋ ਹੰਗਾਮਾ ਆਇਆ ਸੀ, ਉਹਦੇ ਨਾਲ ਸਾਡੇ ਸ਼ੋਅ ਨੂੰ ਬੜਾ ਫਾਇਦਾ ਹੋਇਆ, ਸਾਡੇ ਸ਼ੋਅ ਦੀ TRP ਬੜੀ ਵਧੀ ਆ, ਅਤੇ ਪਰ ਲੋਕਾਂ ਨੇ ਬਹੁਤ ਨਿੰਦਾ ਕੀਤੀ ਆ, ਨਿਊਜ਼ 'ਤੇ ਨਿੰਦਾ ਕੀਤੀ, ਕਮੈਂਟ ਕੀਤੇ ਫੇਸਬੁੱਕ 'ਤੇ, ਅਤੇ ਤਈਆਂ ਤੁਹਾਡੇ ਸਾਰਿਆਂ ਦੀ ਫਰਮਾਇਸ਼ ਆ ਤੁਹਾਡੀ ਵਾਪਸ ਪੂਰੀ ਕਰਦੇ ਨੇ। ਅਤੇ ਟੋਮੀ ਸਿੰਘ ਦੁਬਾਰਾ ਆਏ ਨੇ ਅਤੇ ਉਹਨਾਂ ਦੇ ਫੈਨ ਜਿਨ੍ਹਾਂ ਦਾ ਨਾਮ ਲੈ ਕੇ ਤੁਸੀਂ ਕੀ ਕਰਨਾ, ਅਤੇ ਅੱਗੇ ਦੇਖਦੇ ਨੇ ਟੋਮੀ ਸਿੰਘ बेइज्जती हो गई मेरे स्टार दी, जो मैं गल्ला कह दितिया वो एक आप तू कट नहीं सक तानिया, जबकि स्टार जिन्होंने सारे पंजाब में ग्रैमी जीत के आके दिखता है, इन्होंने पंजाब का मान बताया है। धन्यवाद जी, धन्यवाद, धन्यवाद। उस दिन इना नाल में गिरीवी रखत करके बेजी पंजाब इना दी नहीं बल्कि पूरे पंजाब दी मेरे बूथी उधर दिखानी, मेरे बूथी उधर नु मेरे बूथी उधर नु कैमरे सामने सारी चैनल भी बंद हो जाएगा ਇਸੇ ਦੇ ਨਾਲ ਸਾਡਾ ਸ਼ੋ ਖਤਮ ਹੁੰਦਾ ਨੇ, ਅਤੇ ਅੱਜ ਕੋਈ ਸ਼ਾਇਰੀ ਨਹੀਂ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।